अच्छा हुआ मैंने मोहब्बत नहीं की, वरना मुझे भी किसी दरगाह के कोने में मन जूम जूम तन जूम जूम करना पड़ता। ਇੱਕ ਬੰਦਾ ਪਹਾੜਾਂ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਗਿਆ ਤੇ ਉੱਥੇ ਇੱਕ ਬਜ਼ੁਰਗ ਫਿਰ ਰਿਹਾ ਸੀ। ਉਹਦਾ ਅਚਾਨਕ ਪੈਰ ਤਿਲਕਾ ਡਿੱਗ ਲੱਗਾ ਤੇ ਉਹ ਬੰਦੇ ਨੇ ਉਹਨੂੰ ਫੜ ਲਿਆ। ਬਜ਼ੁਰਗ ਕਹਿੰਦਾ, ਪੁੱਤਰ ਅੱਜ ਤੂੰ ਮੇਰੀ ਜਾਨ ਬਚਾਈ ਏ, ਮੰਗ ਜੋ ਮੰਗ ਰਹੀ। ਕਹਿੰਦਾ, ਬਾਬਾ ਜੀ ਅੱਲਾ ਦਾ ਦਿੱਤਾ ਮੇਰੇ ਕੋਲ ਸਾਰਾ ਕੁਝ ਹੈ, ਮੈਂ ਕੁਝ ਨਹੀਂ ਲੈਣਾ। ਬਜ਼ੁਰਗ ਨੇ ਉਹਨੂੰ ਫੇਰ ਕਿਹਾ, ਕਹਿੰਦਾ ਨਹੀਂ ਬਾਬਾ ਜੀ ਅੱਲਾ ਦਾ ਦਿੱਤਾ ਮੇਰੇ ਕੋਲ ਸਾਰਾ ਕੁਝ ਹੈ। ਬਜ਼ੁਰਗ ਕਹਿੰਦਾ, ਪੁੱਤਰ ਮੈਂ ਆਪਣੀ ਖੁਸ਼ੀ ਨਾਲ ਤੈਨੂੰ ਇੱਕ ਤੋਹਫਾ ਦੇਣਾ, ਤੈਨੂੰ ਜ਼ਿੰਦਗੀ ਦੇ ਵਿੱਚ ਕੰਮ ਆਏਗਾ। ਬਜ਼ੁਰਗ ਨੇ ਆਪਣੇ ਝੋਲੇ ਦੇ ਵਿੱਚੋਂ ਇੱਕ ਡੱਬੀ ਕੱਢੀ, ਕਹਿੰਦਾ ਪੁੱਤਰ ਇਹਦੇ ਵਿੱਚ 6 ਗੋਲੀਆਂ ਨੇ, ਅਗਰ ਤੇਰੀ ਉਮਰ ਜ਼ਿਆਦਾ ਹੋ ਜਾਵੇ ਤੇ ਇਹਨਾਂ 6 ਗੋਲੀਆਂ ਦੇ ਵਿੱਚੋਂ ਤੂੰ 2 ਗੋਲੀਆਂ ਖਾ ਲੈਣੀਆਂ ਨੇ। ਉਹ ਗੋਲੀਆਂ ਖਾਂਦਿਆਂ ਸਾਰ ਹੀ ਤੂੰ 16 ਸਾਲ ਦਾ ਜਵਾਨ ਲੜਕਾ ਬਣ ਜਾਏਗਾ। ਜੇ ਤੂੰ 4 ਗੋਲੀਆਂ ਇਕੱਠੀਆਂ ਹੀ ਖਾ ਲਈਆਂ ਫਿਰ ਤੂੰ 6 ਮਹੀਨਿਆਂ ਦਾ ਛੋਟਾ ਜਿਹਾ ਬੱਚਾ ਬਣ ਜਾਏਗਾ। ਉਹ ਗੋਲੀਆਂ ਲੈ ਕੇ ਬੜਾ ਖੁਸ਼ ਹੋਇਆ, ਉਹਨੇ ਬਾਬੇ ਦਾ ਸ਼ੁਕਰੀਆ ਅਦਾ ਕੀਤਾ ਤੇ ਚਲਾ ਗਿਆ। ਉਹ ਸ਼ਿਕਾਰ ਕਰਕੇ ਆ ਕੇ ਦਰਖਤ ਦੇ ਥੱਲੇ ਬਹਿ ਗਿਆ। ਉਹਨੇ ਸੋਚਿਆ, ਕਹਿੰਦਾ ਯਾਰ ਜੇ ਮੈਂ ਗੋਲੀਆਂ ਆਪਣੇ ਕੋਲ ਰੱਖੀਆਂ ਇਹ ਤੇ ਖਰਾਬ ਹੋ ਜਾਣੀਆਂ ਨੇ, ਮੈਂ ਆਪਣੇ ਘਰ ਭੇਜ ਦਿੰਦਾ। ਉਹਨੇ ਉਹ ਗੋਲੀਆਂ ਦੀ ਡੱਬੀ ਆਪਣੇ ਘਰ ਭੇਜ ਦਿੱਤੀ ਤੇ ਨਾਲ ਲਿਖ ਦਿੱਤਾ, ਮਾਂ ਜੀ ਇਹ ਗੋਲੀਆਂ ਬਹੁਤ ਜ਼ਿਆਦਾ ਕੀਮਤੀ ਨੇ, ਇਹਨਾਂ ਨੂੰ ਸੰਭਾਲ ਕੇ ਰੱਖਿਓ, ਕਿਤੇ ਗਵਾ ਨਾ ਦਿਓ। ਕੁਛ ਚਿਰ ਬਾਅਦ ਉਹ ਬੰਦਾ ਸ਼ਿਕਾਰ ਕਰਕੇ ਆਪਣੇ ਘਰ ਗਿਆ ਤੇ ਉਹਨੇ ਘਰ ਦਾ ਦਰਵਾਜ਼ਾ ਖੜਕਾਇਆ। ਇੱਕ 16 ਸਾਲ ਦੀ ਯੰਗ ਲੜਕੀ ਜਿਹਨੇ ਹੱਥ ਦੇ ਵਿੱਚ ਛੋਟਾ ਜਿਹਾ ਬੱਚਾ ਫੜਿਆ ਸੀ, ਉਹਨੇ ਦਰਵਾਜ਼ਾ ਖੋਲਿਆ। ਕਹਿੰਦਾ, ਸੋਰੀ ਸਿਸਟਰ ਮੈਂ ਗਲਤ ਦਰਵਾਜ਼ਾ ਖੜਕਾ ਦਿੱਤਾ, ਮੈਨੂੰ ਲੱਗਦਾ ਮੇਰਾ ਘਰ ਕਿਤੇ ਅੱਗੇ ਹੈ। ਕਹਿੰਦੀ, ਨਹੀਂ ਪੁੱਤਰ ਇਹ ਤੇਰਾ ਹੀ ਘਰ ਹੈ ਤੇ ਮੈਂ ਤੇਰੀ ਮਾਂ ਵਾਂ। ਕਹਿੰਦਾ, ਬਾਜੀ ਜਦ ਦਿਮਾਗ ਦਾ ਇਲਾਜ ਕਰਵਾ, ਤੇਰਾ ਤੇ ਮੇਰਾ ਜ਼ਮੀਨ ਅਸਮਾਨ ਦਾ ਫਰਕ ਆ, ਤੂੰ ਮੇਰੀ ਮਾਂ ਕਿਵੇਂ ਹੋ ਸਕਦੀ ਹੈ। ਉਹ ਕੁੜੀ ਕਹਿੰਦੀ, ਪੁੱਤਰ ਮੇਰਾ ਇੱਕ ਦਿਨ ਬੜਾ ਸਿਰ ਪੀੜ ਕਰਨ ਡਿਆ ਸੀ ਤੇ ਜਿਹੜੀਆਂ ਤੂੰ 6 ਗੋਲੀਆਂ ਭੇਜੀਆਂ ਸੀ ਉਹਨਾਂ ਦੇ ਵਿੱਚੋਂ ਮੈਂ ਖਾ ਬੈਠੀ 2 ਗੋਲੀਆਂ ਤੇ ਮੈਂ ਹੋ ਗਈ 16 ਸਾਲਾਂ ਦੀ। ਉਹ ਬੰਦਾ ਕਹਿੰਦਾ, ਉਹ ਗੱਲ ਤੇ ਤੇਰੀ ਠੀਕ ਹੈ ਤੇ ਆ ਹੱਥ ਦੇ ਵਿੱਚ ਬੱਚਾ ਕੌਣ ਹੈ? ਕਹਿੰਦੀ, ਇਹ ਤੇਰਾ ਪਿਓ ਹੀ ਤੇ ਬੜਾ ਤੱਤਾ ਬਣਦਾ ਹੈ, 4 ਦੀਆਂ 4 ਇਕੱਠੀਆਂ ਖਾ ਗਿਆ, ਆ ਬੈਠਾ ਹੀ ਝੋਲੀ ਦੇ ਵਿੱਚ ਕਾਕਾ ਬਣ ਕੇ। ਯਾਰ ਸੂਰਜ ਕਿਧਰੋਂ ਨਿਕਲਦਾ ਤੇ ਚੰਦ ਕਿਧਰੋਂ ਨਿਕਲਦਾ? ਸੂਰਜ ਯਾਰ ਮਸ਼ਰਕ ਵੱਲੋਂ ਨਿਕਲਦਾ ਤੇ ਚੰਦ ਅੱਜ ਕੱਲ ਬਿਊਟੀ ਪਾਰਲਰ ਚੋਂ ਨਿਕਲਦਾ। ਆਜ ਮੁਝੇ ਹਸਪਤਾਲ ਸੇ ਮਾਰ ਪੜ ਗਈ, ਨਰਸ ਸੇ ਮੈਨੇ ਕਹਾ ਸਾਰਾ ਸਾਲ ਸਫੈਦ ਜੋੜਾ ਪਹਿਨਤੀ ਹੋ, ਅੱਜ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ। ਆਜ ਤੱਕ ਐਸੀ ਕਭੀ ਠੰਡੀ ਨਹੀਂ ਪੜੀ जो इन लड़कियों को शादियों में स्वेटर पहना सके। और शुक्र है टिकटॉक पेट्रोल पे नहीं चलता, वरना ये जो 10-12 लोग मेरी वीडियो पर आते हैं ये भी नहीं आते। करेले और टिंडे खाए नहीं जाते इकबाल तेरे शहीनों से। और जानू को कह रहे होते हैं जानू काल उठाओ वरना मैं जहर खा लूंगा। रहा नहीं चाहता। कहते हैं ऊपर वाले ने हर किसी के लिए किसी ना किसी को बनाया है, कहीं मेरी वाली ने आत्महत्या तो नहीं कर ली, पगली मिल ही नहीं रही। मेरे हालात ऐसे हैं कि मैं कुछ कर नहीं। दिसंबर में तो सिर्फ नहाना मुश्किल था दोस्तों, जनवरी तो मुंह भी नहीं धोने देता यार। लाइक करो फॉलो करो। अस्सलाम वालेकुम। बंदा कितना ही सादा क्यों ना हो, जब ठंडा पानी जिस्म पर पड़ता है तो एक दो ठुमके तो लग ही जाते हैं। सर्दी जी थोड़ा रहम करो, नाल भी कोई नहीं ते हाल भी कोई नहीं। मेरी अम्मी
मुझे इतना पसंद करती है कि बार बार यही कहती है, खुदा तुम जैसी औलाद किसी को ना दे। दिल टूटने के बाद लोग शायर बन जाते हैं, ये बंदे दे पुत्र क्यों नहीं बन दे? कुछ लोग घर में बीवी से ठुड्डे खाकर बाहर दोस्तों से कहते हैं, आज मैं पाए खाकर आया हूँ। मैं काफी दिनों से सोच रहा हूँ, जैसे ही दिन खत्म होता है रात शुरू हो जाती है। लड़कियों के पास समोसे खरीदने के पैसे होते नहीं और कंधे पर पर्स ऐसे लटकाया होता है जैसे पूरी रियासत की राजकुमारी है। मत ढूंढ मुझे इस दुनिया की तन्हाई में, सर्दी बहुत है मैं इस वक्त हूँ रिजाई में। मैं सिंगल भी खुश हूँ, लेकिन अगर कोई मिल जाए तो डबल खुशी होगी। अपनी बेगमा दी जिंदगी आसान तो आसान बनाओ। हुण तुसी सोचदे होवोगे कि यार कैवें बनाइए, मैं तुहानूं दसदा। एक अंदाजे दे मुताबक एक औरत 20 सालां दे विच तकरीबन कोई 365 मन आटा गुन्न दिंदी है, ते रोटियां तकरीबन कोई 1.5-2 लाख रोटियां भी पका दिंदी होएगी, ते चावल मेरे अंदाजे दे मुताबक कोई 300-400 मन चावल भी पका दिंदी होएगी, ते सब्जियां गोश्त वगैरा ਉਹ ਵੀ ਮੇਰੇ ਖਿਆਲ ਨਾਲ ਕੋਈ 100-200 ਮਣ ਉਹ ਵੀ ਪਕਾ ਦਿੰਦੀ ਹੋਏਗੀ। ਰੋਜ਼ਾਨਾ ਅਗਰ 10 ਮਰਲਿਆਂ ਤੇ ਝਾੜੂ ਪੋਚਾ ਕਰਦੀ ਹੈ ਤੇ ਕੁੱਲ 20 ਸਾਲਾਂ ਦੇ ਵਿੱਚ ਤਕਰੀਬਨ 2138.2 ਮੁਰੱਬਾ ਕਿਲੋਮੀਟਰ ਤੇ ਝਾੜੂ ਪੋਚਾ ਕਰ ਦਿੰਦੀ ਹੈ, ਤੇ ਤਕਰੀਬਨ ਕੋਈ 40-50 ਹਜ਼ਾਰ ਸੂਟ ਵੀ ਧੋ ਕੇ ਉਹਨਾਂ ਨੂੰ ਇਸਤਰੀ ਕਰ ਦਿੰਦੀ ਹੈ। ਅਗਰ ਮਹਿਮਾਨ ਵਗੈਰਾ ਆ ਜਾਣ ਉਹਨਾਂ ਦੀ ਖਿਦਮਤ ਵਗੈਰਾ ਇਸ ਤੋਂ ਇਲਾਵਾ ਹੈ, ਯਾਰ ਉਹ ਵੀ ਇਨਸਾਨ ਹੈ, ਤੁਹਾਨੂੰ ਉਹਨਾਂ ਦਾ ਅਹਿਸਾਸ ਕਰਨਾ ਚਾਹੀਦਾ। ਸੋਚੋ ਅਗਰ ਇਹੀ ਕੰਮ 2 ਬੀਵੀਆਂ ਰਲ ਕੇ ਕਰਨ ਤੇ ਕਿੰਨੀ ਆਸਾਨ ਜ਼ਿੰਦਗੀ ਗੁਜ਼ਰਦੀ ਹੈ, ਅਗਰ ਇਹੀ ਕੰਮ 4 ਬੀਵੀਆਂ ਰਲ ਕੇ ਕਰਨ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਕਿੰਨੀ ਸਕੂਨ ਦੀ ਜ਼ਿੰਦਗੀ ਗੁਜ਼ਰਦੀ ਹੈ। ਅੱਗੋ ਭਾਈ ਤੁਹਾਡੀ ਮਰਜ਼ੀ ਹੈ ਅਮਲ ਕਰਨਾ ਨਾ ਕਰਨਾ, ਲੇਕਿਨ ਫਿਰ ਵੀ ਤੁਸੀਂ ਆਪਣੀਆਂ ਬੇਗਮਾਂ ਦੇ ਨਾਲ ਮਸ਼ਵਰਾ ਕਰ ਲਓ, ਹੋ ਸਕਦਾ ਉਹ ਮੰਨ ਜਾਣ, ਲੇਕਿਨ ਕੁੱਟ ਪੈਣ ਦੀ ਸੂਰਤ ਤੇ ਮੈਨੂੰ ਨਾ ਜ਼ਿੰਮੇਦਾਰ ਠਹਿਰਾਓ। ਆ ਦੂਜੇ ਮੁਲਕਾਂ ਚ ਸਰਦੀ ਆਵੇ ਨਾ ਤੇ ਆਂਦੇ ਨੇ AC ਇਟਸ ਟੂ ਕੋਲਡ, ਤੇ ਪਾਕਿਸਤਾਨੀ ਓਏ ਆ ਵੇਖ ਮੇਰੇ ਮੂੰਹ ਚ ਧੂਆਂ ਨਿਕਲਦਾ। ਕੋਈ ਸ਼ੱਕ ਨਹੀਂ ਚੈੱਕ ਨਹੀਂ ਵੀ ਬਜਟ ਦੀ ਆ ਚੱਲੇ। ਸ਼ਾਦੀ ਦੇ ਦੂਸਰੇ ਦਿਨ ਦੁਲਹਨ ਆਪਣੀ ਸੱਸ ਦੇ ਨਾਲ ਬੈਠੀ ਤੇ ਉਹਦਾ ਸ਼ੋਹਰ ਉਹਨੂੰ ਆ ਕੇ ਕਹਿੰਦਾ, ਬੇਗਮ ਜਾਂ ਮੇਰੇ ਵਾਸਤੇ ਤੇ ਮੇਰੀ ਮਾਂ ਵਾਸਤੇ ਚਾਹ ਲੈ ਕੇ ਆ। ਉਹਦੀ ਮਾਂ ਕਹਿੰਦੀ, ਪੁੱਤ ਨਾ ਜਿੰਨੀ ਦੇਰ ਤੱਕ ਮੇਰੀ ਦੁਲਹਨ ਦੇ ਹੱਥਾਂ ਤੋਂ ਮਹਿੰਦੀ ਨਹੀਂ ਨਾ ਉਤਰੇਗੀ ਉਨੀ ਦੇਰ ਤੱਕ ਇਹ ਕੋਈ ਕੰਮ ਨਹੀਂ ਕਰੇਗੀ। ਦੁਲਹਨ ਦਿਲੀ ਦਿਲ ਵਿੱਚ ਬੜੀ ਖੁਸ਼ ਹੋਈ। ਉਹਦੀ ਸੱਸ ਨੇ 10 ਦਿਨ ਵੇਖਿਆ, 15 ਦਿਨ ਵੇਖਿਆ, ਪੂਰਾ ਮਹੀਨਾ ਗੁਜ਼ਰ ਗਿਆ, ਲੇਕਿਨ ਉਹਦੇ ਹੱਥਾਂ ਤੇ ਉਂਝ ਦੀ ਉਂਝ ਮਹਿੰਦੀ ਲੱਗੀ। ਇੱਕ ਦਿਨ ਉਹਦੀ ਸੱਸ ਨੇ ਕਹਿ ਦਿੱਤਾ, ਕਹਿੰਦੀ ਬਹੂ ਤੇਰੇ ਮਹਿੰਦੀ ਦਾ ਰੰਗ ਬੜਾ ਪੱਕਾ, ਉਤਰਨ ਦਾ ਨਾਂ ਹੀ ਨਹੀਂ ਲੈ ਰਿਹਾ, ਇਹ ਕਿੱਥੋਂ ਲਿਆਂਦੀ ਮਹਿੰਦੀ ਤੂੰ? ਦੁਲਹਨ ਨੇ ਕੋਈ ਜਵਾਬ ਨਾ ਦਿੱਤਾ, ਚੁੱਪ ਰਹੀ। ਉਹ ਕਹਿੰਦੇ ਆ ਨਾ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਇੱਕ ਰਾਤ ਉਹਦੀ ਸੱਸ ਪਾਣੀ ਪੀਣ ਵਾਸਤੇ ਉੱਠੀ, ਉਹਨੇ ਵੇਖਿਆ ਉਹਦੀ ਬਹੂ ਸੋਫੇ ਦੇ ਪਿੱਛੇ ਲੁੱਕ ਕੇ ਉਹਦੇ ਹੱਥਾਂ ਦੇ ਉੱਤੇ ਜਿਹੜਾ ਮਹਿੰਦੀ ਦਾ ਡਿਜ਼ਾਈਨ ਬਣਿਆ ਸੀ ਉਹਦੇ ਉੱਤੇ ਮਹਿੰਦੀ ਲਾ ਰਹੀ। ਸੱਸ ਵੇਖ ਕੇ ਬੜੀ ਹੈਰਾਨ ਹੋਈ, ਕਹਿੰਦੀ ਅੱਛਾ
ਤਦ ਕਰਕੇ ਨਹੀਂ ਮਹਿੰਦੀ ਲੱਤ ਰਹੀ। ਸੱਸ ਨੇ ਫਿਰ ਸਵੇਰੇ 5 ਵਜੇ ਉਠਾ ਲਈ, ਫੜਾ ਦਿੱਤਾ ਪੋਚਾ, ਪੂਰੇ ਘਰ ਦੀ ਸਫਾਈ ਕਰਵਾਈ, ਸਾਰੇ ਵਾਸ਼ਰੂਮ ਸਾਫ ਕਰਵਾਏ, ਕਿਚਨ ਸਾਫ ਕਰਵਾਇਆ। ਹੁਣ ਤੇ ਉਹਦੀ ਸੱਸ ਤੋਂ ਕੋਈ ਇੰਨਾ ਕੁ ਕੰਮ ਲੈਂਦੀ ਏ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਮਹਿੰਦੀ ਲਾਣੀ ਵੀ ਆ ਕਿ ਨਹੀਂ। ਆਜ ਮੁਝੇ ਬਹੁਤ ਠੰਡ ਲੱਗ ਰਹੀ ਥੀ, ਤੋ ਫਿਰ ਮੈਨੇ ਕੈਲੰਡਰ ਪਲਟ ਕੇ ਮਈ ਕਾ ਮਹੀਨਾ ਲਗਾ ਦਿਆ, ਤਬ ਜਾ ਕੇ ਕੁਛ ਸਕੂਨ ਮਿਲਾ। ਜਬ ਕੋਈ ਰਾਤ ਮੇ ਟੋਟ ਮਾਰ ਕਰ ਪੁੱਛਤਾ ਹੈ, ਸੋਏ ਨਹੀਂ ਆਨਲਾਈਨ ਹੋ ਅਭੀ ਤਕ, ਕਿਆ ਬਾਤ ਹੈ? ਦਿਲ ਕਹਿਤਾ ਹੈ ਦੋ ਥੱਪੜ ਲਗਾਊਂ ਔਰ ਕਹੂੰ, ਹੋਸ਼ ਮੇ ਆ ਸਾਲੇ, ਤੂੰ ਵੀ ਤੋ ਜਾਗ ਰਹਾ ਹੈ, ਅਭੀ ਤਕ ਆਨਲਾਈਨ ਹੈ। ਚਾਹ ਠੰਡੀ ਕਰਕੇ ਪੀਆ ਕਰੇ, ਕਹੀਂ ਦਿਲ ਮੇ ਰਹਿਨੇ ਵਾਲਾ ਜਾਨੂ ਹੀ ਨਾ ਜਲ ਜਾਏ। ਔਰ ਜਿਸ ਦਿਨ ਹਮਨੇ ਆਪਣੀ ਫੁੱਲ ਪਿਕਚਰ ਅਪਲੋਡ ਕਰ ਦੀ ਨਾ, ਤੋ ਮੰਗਣੀਆਂ ਟੂਟੇਂਗੀ ਮੰਗਣੀਆਂ। ਸਾਇਆ ਵੀ ਜਬ ਸਾਥ ਛੋੜ ਜਾਏ, ਤੋ ਸਮਝ ਲੋ ਰਾਤ ਹੋ ਗਈ ਹੈ, ਯੇ ਇਸ਼ਕ ਮਾਸ਼ੂਕੀ ਵਾਲੇ ਚੱਕਰੋਂ ਸੇ ਨਿਕਲੋ। ਮੈਂ ਸਦਕੇ ਜਾਵਾਂ ਇਸ ਬੂਥੀ ਤੋਂ, ਉਹ ਜਿਹੜੀ ਕਰੀਮਾ ਲਾ ਲਾ ਕੇ ਚਿੱਟੀ ਹੋਈ ਪਈ ਹੈ, ਤੇ ਬਾਕੀ ਇੱਕ ਕੰਨ ਮੇਰਾ ਗੱਲ ਖੋਲ ਕੇ ਸੁਣ ਲਿਆ। ਉਹ ਕੁੜੀਆਂ ਜਿਹੜੀਆਂ ਕਰੀਮਾਂ ਲਾ ਕੇ ਮੁੰਡਿਆਂ ਦੇ ਸਾਹਮਣੇ ਸ਼ੋਸ਼ੀਆਂ ਮਾਰ ਰਹੀਆਂ ਹੁੰਦੀਆਂ ਨੇ, ਤੇ ਮੈਂ ਤੇ ਬਾਈ ਚਿੱਟੀਆਂ, ਉਹ ਕੰਨ ਖੋਲ ਕੇ ਗੱਲ ਮੇਰੀ ਸੁਣ ਲਿਆ, ਤੇ ਮੁੰਡੇ ਕੁੜੀ ਨੂੰ ਇੱਕ ਨਜ਼ਰ ਵਿੱਚ ਦੇਖ ਕੇ ਪਹਿਚਾਣ ਲੈਂਦੇ ਨੇ ਕਿ ਬਾਈ ਇਸਨੇ ਕਰੀਮ ਲਾਈ ਹੈ ਕਿ ਕੋਈ ਨੀ, ਕਿਉਂਕਿ ਕਰੀਮ ਲਾਉਣ ਨਾਲ ਕੁੜੀ ਦੀ ਇੱਕ ਖਾਸ ਨਿਸ਼ਾਨੀ ਹੁੰਦੀ, ਕਿਉਂਕਿ ਪੈਰ ਉਹਦੇ ਕਾਲੇ ਤੇ ਬੂਥੀ ਉਹਦੀ ਚਿੱਟੀ ਹੁੰਦੀ। ਬਾਕੀ ਕੋਈ ਗੱਲ ਨੀ, ਕਰੀਮਾ ਸ਼ਰੀਮਾ ਲਾਇਆ ਕਰੋ, ਮੁੰਡੇ ਛੁੰਡੇ ਫਸਾਇਆ ਕਰੋ, ਬਿਊਟੀ ਪਾਰਲਰ ਤੇ ਜਾਇਆ ਕਰੋ, ਤੇ ਨਿੱਕਾ ਨਿੱਕਾ ਸ਼ਰਮਾਇਆ ਕਰੋ, ਤੇ ਜ਼ਿਆਦਾ ਰੋਮਾਂਟਿਕ ਹੋ ਕੇ ਮੁੰਡਿਆਂ ਦੇ ਸਾਹਮਣੇ ਨਾ ਆਇਆ ਕਰੋ। ਆਜ ਤੋ ਕਾਲੇ ਪਾਓ ਕਾ ਵੀ ਹੱਲ ਨਿਕਾਲਤੇ ਹੈ, ਪਿਆਰਾ ਸਾ ਆਈਡੀਆ ਆਪਕੇ ਜ਼ਹਿਨ ਮੇ ਡਾਲਤੇ ਹੈ। ਅਗਰ ਤੋ ਆਪਕੋ ਕੋਈ ਕਾਲੇ ਪਾਓ ਕਾ ਤਾਨਾ ਦੇਤਾ ਹੈ, ਤੋ ਆਪ ਸਿਰਫ ਬਸ ਉਨਸੇ ਯੇ ਫਰਮਾ ਦਿਆ ਕਰੇ ਕਿ ਚਿੱਟੀ ਗੱਡੀ ਦੇ ਟੈਰ ਹਮੇਸ਼ਾ ਕਾਲੇ ਹੁੰਦੇ ਨੇ। ਤੇ ਬਾਕੀ ਗੱਲ ਰਹਿ ਗਈ ਬਿਊਟੀ ਪਾਰਲਰ ਦੀ, ਉਹ ਤੋ ਜਿੱਥੇ ਵੀ ਮੈਨੂੰ ਨਜ਼ਰ ਆਉਂਦਾ ਹੈ, ਮੈਂ ਉਹਦੇ ਬਾਹਰ ਗੇਟ ਤੇ ਇਹ ਲਿਖ ਕੇ ਆ ਜਾਂਦਾ ਵਾਂ ਕਿ ਪੀਤਲ ਕੋ ਜਿਤਨਾ ਵੀ ਮਾਂਜ ਲਓ, ਉਹ ਕਦੀ ਸੋਨਾ ਨਹੀਂ ਬਣ ਜਾਂਦਾ, ਤੇ ਬਾਕੀ ਤੁਸਾਂ ਖੁਦ ਸਮਝਦਾਰ ਹੋ। ਤੇ ਬਾਕੀ ਗੱਲ ਰਹਿ ਗਈ ਅਸਾਂ ਮੁੰਡਿਆਂ ਦੀ, ਸਾਡਾ ਤੇ ਇੱਕ ਆਪਣਾ ਲੇਵਲ ਹੁੰਦਾ ਹੈ, ਕਿਉਂਕਿ ਅੱਲਾ ਪਾਕ ਨੇ ਸਾਨੂੰ ਹੁਸਨ ਹੀ ਇਹ ਜਿਹਾ ਦਿੱਤਾ ਹੁੰਦਾ ਕਿ ਸਾਨੂੰ ਕਰੀਮ ਲਾਣੇ ਦੀ ਲੋੜ ਹੀ ਕੋਈ ਨਹੀਂ ਪੈਂਦੀ। ਤੇ ਬਾਕੀ ਸਾਡਾ ਇੱਕ ਹੀ ਸ਼ੌਕ ਹੁੰਦਾ ਹੈ, ਖਤ ਛਤ ਬਣਾਇਆ ਕਰੋ, ਕੁੜੀਆਂ ਦੇ ਅੱਗੇ ਪਿੱਛੇ ਜਾਇਆ ਕਰੋ, ਤੇ ਬਾਕੀ ਨਿੱਕੀ ਨਿੱਕੀ ਮੁੱਛ ਰੱਖੋ, ਕੁੜੀਆਂ ਸਾਰੀਆਂ ਖੁਸ਼ ਰੱਖੋ। ਔਰ ਕੁਛ ਲੋਗੋਂ ਕੇ ਦਰਦ ਭਰੇ ਸਟੇਟਸ ਦੇਖ ਕਰ ਦਿਲ ਕਰਤਾ ਹੈ, ਸਬ ਕਾਮ ਛੋੜ ਕਰ ਪਹਿਲੇ ਇਨਕੇ ਮਹਿਬੂਬ ਢੂੰਢ ਕਰ ਦੂੰ।